ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਲੜਵਾਲ ਵਿਖੇ ਐਤਵਾਰ ਨੂੰ ਹੋਏ ਕਤਲ ਵਿੱਚ ਨਵਾਂ ਮੋੜ ਆ ਗਿਆ। ਹੁਣ ਦੱਸਿਆ ਜਾ ਰਿਹਾ ਕਿ ਇਹ ਕਤਲ ਚੋਣਾਂ ਦੀ ਰੰਜਿਸ਼ ਕਰਕੇ ਹੋਇਆ ਹੈ, ਲੇਕਿਨ ਪਰਿਵਾਰ ਨੇ ਐਤਵਾਰ ਨੂੰ ਇਸ ਕਤਲ ਦਾ ਕਾਰਨ ਪ੍ਰੇਮ ਸੰਬੰਧ ਦੱਸਿਆ ਸੀ, ਲੇਕਿਨ ਹੁਣ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਐਤਵਾਰ ਨੂੰ 4 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ 2 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਦੱਸਿਆ ਗਿਆ ਕਿ ਮਰਨ ਵਾਲੇ ਪਰਿਵਾਰ ਨੇ ਚੋਣਾਂ ਲੜੀਆਂ ਸਨ ਅਤੇ ਉਹ ਹਾਰ ਗਿਆ ਸੀ। ਇਸ ਗੱਲ ਦੀ ਵੀ ਰੰਜਿਸ਼ ਚੱਲਦੀ ਆ ਰਹੀ ਸੀ। ਅੱਜ ਸੋਮਵਾਰ ਨੂੰ ਮ੍ਰਿਤਕਾਂ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਹੋ ਰਿਹਾ। ਮ੍ਰਿਤਕਾਂ ਦੇ ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਅੰਤਮ ਸੰਸਕਾਰ ਨਹੀਂ ਕੀਤਾ ਜਾਵੇਗਾ। ਦੋਨੋਂ ਪਰਿਵਾਰ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਨੇ। ਦੱਸ ਦਈਏ ਕਿ ਐਤਵਾਰ ਨੂੰ ਖੇਤਾਂ ਵਿੱਚ ਮੁੰਡੇ ਦਾ ਪਰਿਵਾਰ ਪਾਣੀ ਲਗਾ ਰਿਹਾ ਸੀ ਕਿ ਕੁੜੀ ਦੇ ਪਰਿਵਾਰ ਨੇ ਗੋਲੀ ਚਲਾਈ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਏ ਨੇ, ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਚੱਲ ਰਿਹਾ ਹੈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਨੇ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਤੇ ਲੰਬੜਦਾਰ ਨੇ ਦੱਸਿਆ ਕਿ ਦੋਨਾਂ ਪਰਿਵਾਰਾਂ ਵਿੱਚ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਝਗੜਾ ਚੱਲਦਾ ਰਿਹਾ, ਪ੍ਰੇਮ ਸੰਬੰਧ ਵੀ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਦੋਨਾਂ ਪਰਿਵਾਰਾਂ ਨੇ ਚੋਣਾਂ ਲੜੀਆਂ ਸਨ, ਲੇਕਿਨ ਮਰਨ ਵਾਲਾ ਪਰਿਵਾਰ ਚੋਣਾਂ ਹਾਰ ਗਿਆ ਸੀ। ਇਸ ਗੱਲ ਦੀ ਰੰਜਿਸ਼ ਸੀ ਅਤੇ ਹੁਣ ਡੀਪੂ ਨੂੰ ਲੈ ਕੇ ਵੀ ਵਿਵਾਦ ਚੱਲ ਰਿਹਾ। ਉਹਨਾਂ ਨੇ ਦੱਸਿਆ ਕਿ ਪ੍ਰੇਮ ਸੰਬੰਧ ਵੀ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਅਗਰ ਪੀੜਿਤ ਪਰਿਵਾਰ ਨੂੰ ਇਨਸਾਫ਼ ਨਾ ਮਿਲੇ ਤਾਂ ਲਾਸ਼ਾਂ ਸੜਕ 'ਤੇ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਮੈਂ ਕਾਂਗਰਸ ਪਾਰਟੀ ਦਾ ਪਾਰਟੀ ਵੱਲੋਂ ਸਰਪੰਚ ਬਲੜਵਾਲ ਦਾ, ਅਤੇ ਜਿਹੜਾ ਸੋਨੀ ਸਿੰਘ ਸੀ, ਇਹ ਸੁਖਵਿੰਦਰ ਸਿੰਘ ਸੋਨੀ, ਇਹ ਇਹਨੇ ਮੰਗਲ ਸਿੰਘ ਅਤੇ ਮੰਗਲ ਸਿੰਘ ਦਾ ਲੜਕਾ ਸੁਖਵਿੰਦਰ ਸਿੰਘ ਅਤੇ ਇਹ ਇੱਕ ਜਸਵੀਰ ਸਿੰਘ, ਇਹਨਾਂ ਤਿੰਨਾਂ ਨੂੰ ਮਾਰਿਆ ਅਤੇ ਇੱਕ ਇਹਨਾਂ ਦਾ ਪੋਤਾ ਸੀ। ਹਾਂਜੀ, ਇਹ 4 ਦੋ ਤਾਂ ਉੱਥੇ ਮੌਕੇ 'ਤੇ ਮੌਤਾਂ ਹੋ ਗਈਆਂ, 2 ਨੇ ਆ ਕੇ ਇੱਥੇ ਹਸਪਤਾਲ 'ਚ ਮੌਤਾਂ ਹੋ ਗਈਆਂ ਨੇ ਅਤੇ 2 ਅਜੇ ਜ਼ਖਮੀ ਆ। ਅਜੇ ਉਹਨਾਂ ਦੀ ਹਾਲਤ ਦਾ ਕੋਈ ਪਤਾ ਨਹੀਂ ਹੈ, ਵੀ ਇੱਥੇ ਨਹੀਂ ਅੰਮ੍ਰਿਤਸਰ ਗਏ। ਤੁਸੀਂ ਸਰਪੰਚ ਹੋ, ਸਾਰੇ ਦੱਸਿਆ ਜਾ ਰਿਹਾ ਕਿ ਦੋਵਾਂ ਨੇ ਆਪਸ 'ਚ ਮੈਂਬਰੀ ਦੀ ਚੋਣ ਲੜੀ ਸੀ, ਅਤੇ ਇਹ ਚੋਣ ਦੀ ਲੜਾਈ ਚੱਲਦੀ ਆ ਰਹੀ ਹੈ। ਇਹ ਤਾਂ ਇਹਨਾਂ ਨੂੰ ਪਤਾ ਹੁਣ ਚੋਣ ਦੀ ਲੜਾਈ ਇਹਨੇ ਦੇ ਇਹਨਾਂ ਦੇ ਵਿੱਚੋਂ ਅੰਦਰ ਹੀ ਕੀ ਹੈ, ਕਈ ਤਾਂ ਮੈਨੂੰ ਇਹਦਾ ਤਾਂ ਨੰਬਰਦਾਰ ਦਾ ਨਹੀਂ ਪਤਾ, ਮੇਰੇ 'ਚ ਦਿਲ 'ਚ ਕੀ ਜਾਂ ਇਹਦੇ 'ਚ ਦਿਲ 'ਚ ਕੀ, ਉਹ ਮੈਂ ਨਹੀਂ ਕਹਿ ਸਕਦਾ। ਕਿਉਂ ਸਮਝਦੇ ਹੋ ਵੀ ਇੰਨੀਆਂ ਮੌਤਾਂ ਹੋ ਜਾਣੀਆਂ? ਹਾਂਜੀ, ਕੋਈ ਪੈਲੀ ਦਾ ਵੀ ਝਗੜਾ ਸੀ, ਦੀਪੂ ਦਾ ਝਗੜਾ ਸੀ? ਪੈਲੀ ਦਾ ਨਹੀਂ, ਇਹਨਾਂ ਦਾ ਕੋਈ ਵੀ ਪੈਲੀ ਪੂੜੀ ਦਾ ਝਗੜਾ, ਇਹ ਇਹਨਾਂ ਦਾ ਲੜਕੀ ਦੇ ਸੰਬੰਧ ਵਿੱਚ ਕੁਛ ਸੀ ਇਹਨਾਂ ਦੀ, ਉਹ ਅਜੇ ਜਾਣਕਾਰੀ ਸਾਨੂੰ ਸਾਡੇ ਤੱਕ ਨਹੀਂ ਪਹੁੰਚੀ। ਕੀ ਨਾਮ ਤੁਹਾਡਾ? ਮੈਂ ਲੰਬੜਦਾਰ ਬਲਵੀਰ ਸਿੰਘ। ਲੰਬੜਦਾਰ ਜੀ, ਇਹ ਦੱਸੋ ਕਿ ਕੱਲ੍ਹ ਜਿਹੜੀ ਘਟਨਾ ਹੋਈ ਕਿੰਨੇ ਵਜੇ ਹੋਈ ਅਤੇ ਕਿਹਦੇ ਕਿਹਦੇ ਨਾਲ ਕੀ ਭਾਣਾ ਵਾਪਰਿਆ? ਅਤੇ ਸਰ, ਘਟਨਾ ਕੋਈ ਤਕਰੀਬਨ 5:30 ਵਜੇ ਦੇ ਵਿੱਚ ਹੋਈ ਹੈ, ਅਤੇ ਜੋ ਮੰਗਲ ਸਿੰਘ, ਇੱਕ ਉਹਨਾਂ ਦਾ ਲੜਕਾ ਸੁਖਵਿੰਦਰ ਸਿੰਘ, ਇੱਕ ਮੰਗਲ ਸਿੰਘ ਦਾ ਹੀ ਲੜਕਾ ਜਸਵੀਰ ਸਿੰਘ, ਇੱਕ ਮੰਗਲ ਸਿੰਘ ਦਾ ਪੋਤਾ ਬੱਬਲਦੀਪ ਸਿੰਘ, ਇਹਨਾਂ 4 ਜਣਿਆਂ ਦੀ ਮੌਤ ਹੋ ਗਈ। 2 ਜਣੇ ਜਿਹੜੇ ਹਰਮਨਪ੍ਰੀਤ ਅਤੇ ਜਸ਼ਨਪ੍ਰੀਤ, ਉਹ ਜ਼ਖਮੀ ਆ। ਕਿਉਂ ਹੋਇਆ ਇਹ? ਸਰ, ਜੋ ਇਹਨਾਂ ਦਾ ਸਰਪੰਚੀ ਦੀ ਇਲੈਕਸ਼ਨ ਤੋਂ ਇਹ ਚੱਲਦਾ ਆ ਰਿਹਾ ਸੀ, ਉਹਦੀ ਰੰਜਿਸ਼ ਨਾਲ ਹੀ ਇਹ ਹੋਇਆ। ਮੁੜ ਕੇ ਇਹਨਾਂ ਦਾ ਕੋਈ, ਹੁਣ 2-3 ਮਹੀਨੇ ਤੋਂ ਬਾਅਦ ਆ ਡੀਪੂ ਸੀ, ਜਿਹੜਾ ਡੀਪੂ ਸਰਕਾਰੀ ਡੀਪੂ ਲੈਣ ਵਾਸਤੇ ਵੀ ਇਹਨਾਂ ਦੇ ਗੱਲ ਚੱਲਦੀ ਸੀ। ਜੇ ਜਿਹੜਾ ਸੋਨੀ ਸੀ ਉਹਦੇ ਖਰੇ ਕਾਗਜ਼ ਕੁਗਜ਼ ਰੱਦ ਹੋ ਗਏ ਜਾਂ ਇਹਦੇ ਪਾਸ ਹੋ ਗਏ, ਇਹਨਾਂ ਦਾ ਕੋਈ ਇਹਦੇ ਵਿੱਚ ਰੰਜਿਸ਼ ਸੀ, ਇਹਨਾਂ ਦੀਆਂ ਦਰਖਾਸਤਾਂ ਵੀ ਹੋਈਆਂ, ਇਹਦੀ ਰੰਜਿਸ਼ ਕਰਕੇ ਹੀ ਇਹਨਾਂ ਨੇ ਕਤਲ ਕੀਤੀ। ਜਿਹੜਾ ਦੱਸਿਆ ਜਾ ਰਿਹਾ ਵੀ ਲੜਕੀ ਦੇ ਵੀ ਪ੍ਰੇਮ ਸੰਬੰਧ ਵੀ ਹੈਗੇ ਆ, ਲੜਕੇ ਲੜਕੀ ਦੇ ਆਪਸ 'ਚ, ਉਹ ਵੀ ਗੱਲ ਚੱਲਦੀ ਸੀ? ਸਰ, ਪ੍ਰੇਮ ਸੰਬੰਧ ਕੋਈ ਨਹੀਂ ਹੈਗਾ, ਉਹ ਆਪਣੀ ਬਚਨ ਵਾਸਤੇ ਹੀ ਹੁਣ ਪ੍ਰੇਮ ਸੰਬੰਧਾਂ ਦਾ ਵਿੱਚ ਬਣਾਉਂਦੇ ਵਾਲਾ, ਪ੍ਰੇਮ ਸੰਬੰਧ ਵਾਲੀ ਕੋਈ ਗੱਲ ਨਹੀਂ ਸੀ। ਜਿਹੜਾ ਮੰਗਲ ਸਿੰਘ ਜੀ ਦੀ ਮੌਤ ਹੋਈ ਆ ਤੇ ਸੋਨੀ ਜਿਹਨੇ ਮਾਰਿਆ, ਹਾਂਜੀ, ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਆ ਔਰ ਦੋਵਾਂ ਦਾ ਕੀ ਅਹੁਦਾ ਵਾ ਪਾਰਟੀ 'ਚ? ਸਰ, ਦੋਨੇ ਹੀ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆ। ਮੰਗਲ ਸਿੰਘ ਵੀ ਜਿਹੜਾ ਦੋਸ਼ੀ ਮਾਰਨ ਵਾਲਾ, ਉਹ ਵੀ ਕਾਂਗਰਸ ਨਾਲ ਆ। ਜਿਹੜਾ ਮਾਰਨ ਵਾਲਾ ਦੋਸ਼ੀ, ਉਹ ਮੈਂਬਰ ਪੰਚਾਇਤ ਹੈਗਾ, ਉਹ ਲਵਾਣਾ ਸਿੰਘ ਹੈਗਾ। ਜਿਹੜਾ ਮੰਗਲ ਸਿੰਘ, ਇਹ SC ਬਰਾਦਰੀ ਹੈ, ਇਹ SC ਭਾਈਚਾਰੇ ਨਾਲ ਇਹ ਸਾਰੇ ਸੰਬੰਧ ਆ, ਜਿਹਨਾਂ ਦੀਆਂ ਮੌਤਾਂ ਹੋਈਆਂ। ਇਹ ਅਣਖ ਦੀ ਖਾਤਰ ਹੋਈਆਂ ਕਿ ਜਾਂ ਕੀ ਕਿਹਾ ਜਾ ਸਕਦਾ? ਇਹ ਸਾਰੇ ਰੰਜਿਸ਼ ਦੀ, ਸਮਝ ਲਓ ਤੁਸੀਂ, ਪਾਰਟੀ ਦਾ ਕਰਕੇ ਰੰਜਿਸ਼ ਚੱਲਦੀ, ਰੰਜਿਸ਼ ਕਰਕੇ ਹੀ ਹੋਇਆ ਸਾਰਾ ਕੰਮ। ਕਿੰਨੀਆਂ ਬਾਡੀਆਂ ਦੇ ਪੋਸਟਮਾਰਟਮ ਹੋ ਗਏ, ਕਿੰਨੀਆਂ ਦੇ ਬਕਾਇਆ? ਸਰ, ਇੱਕ ਬਾਡੀ ਸੁਖਵਿੰਦਰ ਸਿੰਘ ਦੀ ਬਾਡੀ ਦਾ ਪੋਸਟਮਾਰਟਮ ਹੋਇਆ ਕੱਲ੍ਹ, ਅਜੇ ਦੂਸਰੀਆਂ ਬਾਡੀਆਂ ਦੇ ਇੱਕ ਦੇ ਐਕਸਰੇ ਹੋਏ ਆ, ਦੋਵਾਂ ਦੇ ਐਕਸਰੇ ਹੋ ਰਹੇ ਆ। ਪੋਸਟਮਾਰਟਮ ਤੋਂ ਬਾਅਦ ਫਿਰ ਕੀ ਕਰਨ ਜਾ ਰਹੇ? ਪੋਸਟਮਾਰਟਮ ਤਾਂ ਸਰ, ਜਿੰਨੀ ਚਿਰ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਅਸੀਂ ਉਨੀ ਚਿਰ ਸੰਸਕਾਰ ਨਹੀਂ ਕਰਾਂਗੇ। ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਚੋਣਾਂ ਦੀ ਰੰਜਿਸ਼ ਅਤੇ ਡੀਪੂ ਨੂੰ ਲੈਣ ਦੇਣ ਨੂੰ ਲੈ ਕੇ ਇਹ ਘਟਨਾ ਹੋਈ ਹੈ। ਜਦੋਂ ਪ੍ਰੇਮ ਸੰਬੰਧ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਗਰ ਪੁਲਿਸ ਨੇ ਮੁੱਖ ਆਰੋਪੀ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਮ੍ਰਿਤਕਾਂ ਦੀ ਦੇਹ ਨੂੰ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਕੀ ਨਾਮ ਜੀ ਤੁਹਾਡਾ? ਜਸਪਾਲ ਸਿੰਘ। ਜਸਪਾਲ ਜੀ, ਦੱਸੋ ਤੁਹਾਡੇ ਪਰਿਵਾਰ ਦੇ ਲੋਕਾਂ ਨਾਲ ਕੀ ਹਾਦਸਾ ਵਾਪਰਿਆ, ਤੁਹਾਡੀ ਕੀ ਸਥਿਤੀ? ਮੇਰਾ ਫਾਦਰ ਜੀ ਇੱਕ ਜੀ, 2 ਮੇਰੇ ਲੜਕੇ ਸੀ, ਇੱਕ ਮੇਰਾ ਲੜਕਾ ਸੀ, 2 ਮੇਰੇ ਭਰਾ ਸੀ। ਚਾਰੋਂ ਦੀ ਮੌਤ ਹੋ ਗਈ।
ਜਿਹੜੇ ਦੋ ਜੱਟੀ ਨੇ ਉਹਨਾਂ ਦੇ ਕੀ ਹਾਲਾਤ ਨੇ? ਉਹ ਅੰਮ੍ਰਿਤਸਰ ਦਾਖਲ ਹੈ ਜੀ। ਉਹਨੇ ਦੱਸੋ ਵੀ ਕਿੰਨਿਆਂ ਦੇ ਪੋਸਟਮਾਰਟਮ ਹੋ ਗਏ ਅਤੇ ਕਿੰਨੇ ਰਹਿੰਦੇ ਆ? ਇੱਕ ਦਾ ਤਾਂ ਕੱਲ੍ਹ ਪੋਸਟਮਾਰਟਮ ਹੋ ਗਿਆ, ਇੱਕ ਦਾ ਹੁਣ ਹੋਣ ਡਿਆ ਵਾ, ਦੋਵਾਂ ਨੂੰ ਐਕਸਰੇ ਦੀ ਖੜ੍ਹੇ ਆ। ਪੋਸਟਮਾਰਟਮ ਤੋਂ ਬਾਅਦ ਫਿਰ ਉਹਨਾਂ ਦੇ ਸੰਸਕਾਰ ਕਰੋਗੇ? ਨਹੀਂ ਜੀ, ਜਿੰਨਾ ਚਿਰ ਕੋਈ ਲੜਕਾ ਦੋਸ਼ੀ ਪਕੜਿਆ ਨਹੀਂ ਜਾਂਦਾ, ਫੜਿਆ ਨਹੀਂ ਜਾਂਦਾ, ਉਹਨਾਂ 'ਚ ਕਹੀਂ ਘੁਮਾਉਣੀ ਧਰਨੇ 'ਤੇ ਰੱਖਣਾ। ਪੁਲਿਸ ਨੇ ਤੁਹਾਡੇ ਪਰਿਵਾਰ ਦੇ ਕਿਸੇ ਦੇ ਬਿਆਨ ਲਏ ਆ ਜਾਂ ਜਿਨ੍ਹਾਂ 'ਤੇ ਗੋਲੀਆਂ ਲੱਗੀਆਂ ਬਿਆਨ ਲਏ, ਪੁਲਿਸ ਦੀ ਕੀ ਕਾਰਵਾਈ? ਪੁਲਿਸ ਨੇ ਸਾਡੇ ਬਿਆਨ ਲੈ ਕੇ ਪਰਚਾ ਕੀਤਾ। ਕਿੰਨੇ ਲੋਕਾਂ ਦੇ? ਦੋਵਾਂ ਭਰਾਵਾਂ 'ਤੇ ਅਤੇ ਇੱਕ ਉਹਦੀ ਪਤਨੀ। ਪੁਲਿਸ ਨੇ ਅਰੈਸਟ ਕੀਤਾ ਕਿਸੇ ਨੂੰ? ਹਾਂਜੀ ਕੀਤੇ, ਇੱਕ ਉਹਦਾ ਭਰਾ ਕੀਤਾ ਵਾ ਜੋਤੀ, ਅਤੇ ਇੱਕ ਉਹਦੀ ਘਰ ਦੀ ਕੀਤੀ। ਆਪ ਮੇਨ ਦੋਸ਼ੀ ਦੇ ਉੱਤੇ? ਮੇਨ ਦੋਸ਼ੀ ਦੇ ਉੱਤੇ। ਕਦੋਂ ਤੱਕ ਧਰਨਾ ਜਾਰੀ ਰਹੇਗਾ? ਜਿੰਨਾ ਚਿਰ ਕੋਈ ਦੋਸ਼ੀ ਫੜਿਆ ਨਹੀਂ ਜਾਂਦਾ ਉਹਨਾਂ 'ਚ ਕਹੀਂ ਸੰਸਕਾਰ ਨਹੀਂ ਕਰਨਾ। ਸਾਡੀ ਬਰਾਦਰੀ ਜਿਹੜੀ ਏ ਸੀ ਆ ਉਹ ਲਬਾਣੇ ਸਿੰਘ ਨਾਲ ਸੰਬੰਧ ਰੱਖਦੇ ਆ, ਇਸੇ ਕਰਕੇ ਸਾਨੂੰ ਝਗੜਾ ਕੀਤਾ। ਝਗੜਾ ਸੀ ਜਾਤ ਦੀ ਉੱਚ ਨੀਚ? ਨਹੀਂ, ਜਾਤ ਦੀ ਉੱਚ ਨੀਚ ਨਹੀਂ, ਸਾਡੀ ਇਲੈਕਸ਼ਨ ਤੋਂ ਅਤੇ ਉਹ ਜਿਹੜਾ ਡਿਪੂ ਤੋਂ ਹੀ ਝਗੜਾ ਚੱਲਿਆ। ਕਿੰਨੀ ਇਲੈਕਸ਼ਨ ਲੜੀ ਸੀ ਤੁਹਾਡੇ ਪਰਿਵਾਰ 'ਚੋਂ? ਮੇਰੇ ਪਿਤਾ ਜੀ ਨੇ ਸਰਪੰਚੀ ਦੀ ਇਲੈਕਸ਼ਨ ਲੜੀ ਅਤੇ ਉਹ ਹਰ ਕੇ ਦੇ ਹਰ ਗਏ। ਉਹ ਦੂਸਰਾ ਜਿੱਤਿਆ? ਹਾਂਜੀ। ਪਰ ਇਹਦੇ ਵਿੱਚ ਜਿਹੜੇ ਪ੍ਰੇਮ ਸੰਬੰਧ ਦੱਸੇ ਜਾ ਰਹੇ ਉਹ ਹੈਗਾ ਕੁਛ ਕਿ ਨਹੀਂ? ਨਹੀਂ ਜੀ, ਮੈਂ ਨਹੀਂ ਸੁਣਿਆ ਕੋਈ ਵੀ ਸੁਣ। ਤੁਹਾਡੇ ਭਤੀਜੇ ਨੇ ਕੱਲ੍ਹ ਇੰਟਰਵਿਊ 'ਚ ਜਿਹੜਾ ਜ਼ਖਮੀ ਆ ਉਹਨੇ ਹੀ ਦੱਸਿਆ? ਹਾਂਜੀ। ਵੀ ਲੜਕੀ ਅਤੇ ਲੜਕੇ ਦਾ ਪਰਚਾ ਉਹ ਉਹਨਾਂ ਦੇ ਪਤਾ ਨਹੀਂ ਕੀ ਹੋਏ ਉਸਦੇ ਵਿੱਚ ਕਰਕੇ ਕਿੱਦਾਂ ਹੋ ਗਿਆ ਵਾ, ਉਦੋਂ ਉਹਨਾਂ ਨੂੰ ਕੋਈ ਸੁਝੀ ਸੁਝੀ ਨਹੀਂ। ਜਾਣਕਾਰੀ ਦਿੰਦੇ ਹੋਏ ਥਾਣਾ ਘੁਮਾਣ ਦੇ SHO ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਦੇ ਬਿਆਨਾਂ 'ਤੇ ਤਿੰਨ ਆਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। SHO ਸਾਹਿਬ, ਕੀ ਕੀਤਾ ਗਿਆ ਜੀ ਜਿਹੜੇ ਕੱਲ੍ਹ 4 ਮਰਡਰ ਹੋਏ ਸੀ ਅਤੇ 2 ਜ਼ਖਮੀ ਹੋਏ ਸੀ? ਇਹ ਜੀ ਦੋਸ਼ੀਆਂ ਦੇ ਖਿਲਾਫ਼ ਕੇਸ ਰਜਿਸਟਰ ਕਰਕੇ ਅਤੇ ਜਿਹੜੇ ਗੜਬੋੜੀਆਂ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ। ਕਿੰਨੇ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਹੋਇਆ, ਕਿਹਦੇ ਕਿਹਦੇ ਖਿਲਾਫ਼? 3 ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਹੋਇਆ ਜੀ, ਸੁਖਜਿੰਦਰ ਸਿੰਘ ਸੋਨੀ, ਜਤਿੰਦਰ ਸਿੰਘ ਅਤੇ ਕੁਲਵਿੰਦਰ ਕੌਰ। ਕਿੰਨੇ ਅਰੈਸਟ ਹੋ ਗਏ? ਇਹ ਅਜੇ ਚੱਲ ਰਹੀ ਆ ਜੀ, ਪੁਲਿਸ ਪਾਰਟੀਆਂ ਗਈਆਂ ਨੇ ਰੇਡ ਕਰਨ ਵਾਸਤੇ ਇਹਨਾਂ 'ਤੇ, ਇਹਨਾਂ 'ਤੇ ਆਪਣੇ ਰੇਡ ਕੀਤੇ ਜਾ ਰਹੇ, ਗ੍ਰਿਫਤਾਰ ਨਹੀਂ ਹੋਏ। ਕੀ ਮਾਮਲਾ ਕੀ ਸੀ ਇਹਨਾਂ ਦਾ, ਝਗੜਾ ਕਿਸ ਕਰਕੇ? ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਚੱਲਦੀ ਸੀ ਆਪਸ ਵਿੱਚ, ਕੋਈ ਵੋਟਾਂ ਦੀ ਸਰਪੰਚੀ ਦੀ ਇਲੈਕਸ਼ਨ ਦੀ, ਉਹਦੇ ਸੰਬੰਧ 'ਚ ਇਹਨਾਂ ਨੇ ਇਹ ਜਿਹੜੀ ਕਾਰਵਾਈ ਕੀਤੀ ਹੈ ਦੋਸ਼ੀਆਂ। ਜੋ ਜਾਣਕਾਰੀ ਮਿਲਦੀ ਪਈ ਵੀ ਡੀਪੂ ਨੂੰ ਲੈ ਕੇ ਔਰ ਲੜਕੀ ਦੇ ਪ੍ਰੇਮ ਸੰਬੰਧ ਨੂੰ ਲੈ ਕੇ, ਭਤੀਜ ਜਾ ਰਹੀ ਆ ਜੀ, ਡੀਪੂ ਵਾਲੀ ਗੱਲ ਤਾਂ ਆ ਰਹੀ ਹੈ ਨੋਟਸ ਵਿੱਚ, ਬਾਕੀ ਕੋਈ ਗੱਲ ਨੋਟਸ ਨਹੀਂ ਆਈ, ਜੇ ਕੋਈ ਆਈ ਤਾਂ ਉਹ ਵੀ ਕਾਰਵਾਈ ਕੀਤੀ ਜਾਏ। ਪਰਿਵਾਰ ਦਾ ਕਹਿਣਾ ਕਿ ਅਸੀਂ ਉਦੋਂ ਤੱਕ ਸੰਸਕਾਰ ਡੈੱਡ ਬਾਡੀਆਂ ਦੇ ਨਹੀਂ ਕਰਨੇ ਜਦੋਂ ਤੱਕ ਦੋਸ਼ੀ ਗ੍ਰਿਫਤਾਰ। ਅਜੇ ਪੋਸਟਮਾਰਟਮ ਹੋ ਰਿਹਾ ਜੀ, ਪੋਸਟਮਾਰਟਮ ਬਾਅਦ ਸੰਸਕਾਰ ਹੋਏਗਾ, ਦੋਸ਼ੀ ਜਿਹੜੇ ਅਰੈਸਟ ਕਰ ਲਏ ਜਾਣਗੇ ਜਲਦੀ ਤੋਂ ਜਲਦੀ, ਪੁਲਿਸ ਪਾਰਟੀਆਂ ਭੇਜੀਆਂ ਗਈਆਂ। ਆਵਾਜ਼ ਕੰਮ ਟੀਵੀ ਲਈ ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ।